ਸਵਾਗਤ ਹੈ ਗੁਰਜੀ ਕੀ ਫਤਿਹ ਮੈਂ ਹਾਂ ਤੁਹਾਡਾ ਹੋਸਟ ਲक्कीਗਰਾਲੀ ਤੁਸੀਂ ਦੇਖ ਰਹੇ ਹੋ ਟੀਮ ਪੰਜਾਬੀ ਅੱਜ ਟੀਮ ਪੰਜਾਬੀ ਦੇ ਤੁਹਾਨੂੰ ਕਬੱਡੀ ਦੇ ਬਾਬਾ ਬੋਰਡ ਲੈਜੈਂਡ ਕਬੱਡੀ ਦੇ ਬਾਬਾ ਬੋਰਡ ਲੈਜੈਂਡ ਮਹਿੰਦਰ ਸਿੰਘ ਮੋੜ ਦੀ ਅੰਤਮ ਅਰਦਾਸ ਜਿਹੜਾ ਉਹਨਾਂ ਦੇ ਅੱਜ ਭੋਗ ਪਾਏ ਗਏ ਨੇ ਉਹ ਲਾਈਵ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀ ਸਾਰੀ ਸੰਗਤ ਦੇਖ ਰਹੀ ਹੈ ਅੱਜ ਲੈਜੈਂਡ ਸਾਡੇ ਕੋਲੋਂ ਵਿਛੜ ਗਿਆ ਸੰਸਕਾਰ ਹੋਇਆ 20 ਮਈ ਨੂੰ ਅੱਜ ਉਹਨਾਂ ਦੀ ਅੰਤਮਰਦਾਸ ਦੇ ਵਿੱਚ ਬੜੇ ਲੈਜੈਂਡ ਕਬੱਡੀ ਪਲੇਅਰ ਆਏ ਪਹੁੰਚੇ ਨੇ ਜਿਨ੍ਹਾਂ ਚੋਂ ਹਰਵਿੰਦਰ ਰੱਬੋ ਵੀ ਪਹੁੰਚਾ ਆਇਆ ਸਾਡੇ ਨਾਲ ਚੰਨਾ ਆਲਮਗੀਰ ਵੀ ਨੇ ਇੱਥੇ ਗੱਲਬਾਤ ਕਰਦੇ ਆਂ ਅੱਜ ਰੱਬੋ ਸਾਹਿਬ ਦਾ ਸਵਾਗਤ ਸਰਪੰਚ ਵੀ ਨੇ ਪਿੰਡ ਦੇ ਰੱਬੋ ਰੱਬੋ ਸਾਹਿਬ ਸਵਾਗਤ ਹੈ ਤੁਹਾਡਾ ਟੀਮ ਪੰਜਾਬੀ ਦਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਟੀਮ ਪੰਜਾਬੀ ਚੈਨਲ ਦਾ ਮੈਂ ਧੰਨਵਾਦ ਕਰਦਾ ਥੈਂਕ ਯੂ ਸੋ ਮੱਚ ਖੇਡਦੇ ਹੋ ਹਜੇ ਵੀ ਪਹਿਲਵਾਨ ਜੀ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਸਰਪੰਚ ਵੀ ਨਾਲ-ਨਾਲ ਕਰ ਰਹੇ ਹੋ ਪਿੰਡ ਦੇ ਮੁਖੀ ਵੀ ਹੋ ਤੁਸੀਂ ਅੱਜ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਹਾਂ ਕਬੱਡੀ ਦੇ ਬਾਬਾ ਬੋਰਡ ਲੈਜੈਂਡ ਮਹਿੰਦਰ ਸਿੰਘ ਮੋੜ ਸਾਹਿਬ ਦੇ ਕੀ ਕਹਿਣਾ ਚਾਹੁੰਦੇ ਹਾਂ ਅੰਕਲ ਮੋੜ ਜੀ ਲਈ ਸਭ ਤੋਂ ਪਹਿਲਾਂ ਇਹ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਰਦਾਰ ਮਹਿੰਦਰ ਸਿੰਘ ਮੋੜ ਜੋ ਕਬੱਡੀ ਦੇ ਬਾਬਾ ਬੋਰਡ ਦੇ ਨਾਂ ਨਾਲ ਜਾਣੇ ਜਾਂਦੇ ਨੇ ਉਹ ਸਾਡੇ ਤੋਂ ਚਲੇ ਗਏ ਨੇ ਕਬੱਡੀ ਨੂੰ ਨਾ ਹੋਣ ਵਾਲਾ ਘਾਟਾ ਪਿਆ ਹੈ ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਮਹਿੰਦਰ ਸਿੰਘ ਮੋੜ ਉਹ ਸਖੀਰਤ ਨੇ ਜਿਨ੍ਹਾਂ ਦੀ ਆਪਾਂ ਤਾਰੀਫ ਕਰੀ ਜਾਈਏ ਓਨੀ ਥੋੜੀ ਹੈ ਜੀ ਹਾਂਜੀ ਤੁਸੀਂ ਕਦੇ ਵੀ ਖੇਡੇ ਹੋ ਉਹਨਾਂ ਦੀ ਕਲੱਬ ਲਈ हां जी ਮੈਂ ਅਮੇਂਦਰ ਮੋੜਲੇ ਅੰਕਲ ਲਈ 5 ਸਾਲ ਖੇਡਿਆ ਜੀ ਬਹੁਤ ਵਧੀਆ ਇਨਸਾਨ ਨੇ ਸਾਨੂੰ ਉਹਨਾਂ ਨੇ ਦਿਨ ਰਾਤ ਪ੍ਰੈਕਟਿਸ ਕਰਾਉਣੀ ਕਬੱਡੀ ਖੜਾਉਣੀ ਖਰਾਕ ਪਾਣੀ ਖਣਾਉਣਾ ਕਬੱਡੀ ਤੇ ਦਾਅ ਪੇਚ ਦਸਣੇ ਜਣਦੀ ਇਹ ਜੋ ਕਾਟਾ ਪਿਆ ਸੀ ਕਦੇ ਵੀ ਇਹ ਪੂਰਾ ਨਹੀਂ ਕਰ ਸਕਦੇ ਜੀ ਕਦੇ ਵੀ ਬੜੀ ਦੇਣ ਆ ਉਹਨਾਂ ਦੀ ਕਬੱਡੀ ਦੇ ਪਲੇਅਰਾਂ ਨੂੰ ਵੀ ਕਬੱਡੀ ਨੂੰ ਵੀ ਜਦੋਂ ਵੀ ਤੁਸੀਂ ਜਾਂਦੇ ਆਉਂਦੇ ਸੀਗੇ ਪਲੇਅਰ ਹੋਰ ਵੀ ਬੜੇ ਸੈਕੰਡਰੀ ਪਲੇਅਰਾਂ ਦੀ ਉਹਨਾਂ ਨੇ ਜ਼ਿੰਦਗੀ ਬਣਾਈ ਹੈ ਇੰਗਲੈਂਡ ਦੇ ਵਿੱਚ ਜਦੋਂ ਤੁਸੀਂ ਉਹਨਾਂ ਲਈ ਖੇਡਦੇ ਸੀਗੇ ਕਿਹੋ ਜਿਹਾ ਉਹਨਾਂ ਦਾ ਬਿਫਾਰ ਰਿਆ ਪਲੇਅਰਾਂ ਦੇ ਨਾਲ ਜਿਵੇਂ ਕਦੀ ਉਹਨਾਂ ਨੂੰ ਪਤਾ ਹੀ ਸਾਰੀ ਦੁਨੀਆ ਨੂੰ ਕਦੇ ਮਾਨ ਨਹੀਂ ਸੀ ਕਿਸੇ ਗੱਲ ਦਾ ਪਰ ਉਹਨਾਂ ਨੇ ਕਦੇ ਆਪਣੇ ਲਈ ਜਾਂ ਆਪਣੇ ਪਰਵਾਰ ਲਈ ਨਹੀਂ ਕੀਤਾ ਜਿੰਨਾ ਪਲੇਅਰਾਂ ਲਈ ਜਾਂ ਕਬੱਡੀ ਲਈ ਕੀਤਾ ਮਹਿੰਦਰ ਸਿੰਘ ਮੌੜ ਦੇ ਦੇਖ ਲਓ ਜੀ ਸਾਰੇ ਨੂੰ ਜਗਤ ਨੂੰ ਪਤਾ ਹੀ ਆ ਉਹਨਾਂ ਨੇ ਘਟੋ ਘਟ 100 150 ਪਲੇਅਰ ਆਪਣੇ ਇੰਗਲੈਂਡ ਯੂਕੇ ਦੇ ਵਿੱਚ ਪੱਕਾ ਕੀਤਾ ਅਸੀਂ ਮੈਚਾਂ ਤੇ ਜਾਣਾ ਉਹਨਾਂ ਨੇ ਕਦੇ ਸਾਡੇ ਨਾਲ ਹਾਈਪਰ ਨਹੀਂ ਹੋਣਾ ਬਸ ਉਹਨਾਂ ਦਾ ਹੀ ਹੁੰਦੇ ਪੁੱਤ ਪ੍ਰੈਕਟਿਸ ਕਰੋ ਡਾਈਟ ਪਾਣੀ ਖਾਓ ਤੇ ਮੈਚ ਜਿੱਤੋ ਕਈ ਵਾਰੀ ਮੈਚ ਅਸੀਂ ਹਾਰ ਜਾਣਾ ਹਾਰਨ ਤੋਂ ਬਾਅਦ ਉਹਨੇ ਥੋੜੇ ਟਾਈਮ ਲਈ ਹਾਈਪਰ ਹੋਣਾ ਉਸ ਤੋਂ ਦੂਸਰੇ ਦਿਨ ਉਹੀ ਉਹਨਾਂ ਦਾ ਫੇਅਰ ਸ਼ਡਿਊਲ ਹੁੰਦਾ ਸੀ ਸਭ ਤੋਂ ਵੱਡੀ ਗੱਲ ਜੋ ਆਪਣੇ ਕੋਚ ਅਬਡੇਟ ਵਿੰਡੀ ਸਾਹਿਬ ਨੇ ਦੱਸੀ ਆ ਇਹ ਗੱਲ ਬਿਲਕੁਲ ਸਹੀ ਆ ਅਸੀਂ ਹੁਣ ਗਰਲਾਲ ਆਪਣੇ ਉਸਤਾਦ ਹੋਰ ਸੁੱਕੀ ਸਾਰੇ ਹੀ ਖੇਡੇ ਆ ਉੱਥੇ ਪੰਜ ਛੇ ਜਾਲੋ ਟੀਮ ਲਈ ਪਾਲਾ ਜਲਾਲ ਬੁਰਿਆ ਵੀ ਖੇਡੇ ਆ ਪਹਿਲਵਾਨ ਸਾਰੇ ਖੇਡੇ ਅਸੀਂ ਉੱਥੇ ਸਵੇਰੇ 5 ਵਜੇ ਆ ਕੇ ਦੋਰ ਖੜਕਣੀ ਅਸੀਂ ਪਹਿਲਾਂ ਜਿਹੜੇ ਸਾਲ ਮੈਂ ਖੇਡੇ ਆ ਤੇ ਦੇਖਣਾ ਵੀ ਥੱਲੇ ਕੌਣਾ ਜਾਂ ਥੱਲੇ ਆਉਣਾ ਅੰਕਲ ਆਏ ਹੁੰਦੇ ਸੀ ਇਹਨਾਂ ਨੇ ਜੋ ਰਾਤ ਨੂੰ ਸਾਡਾ ਭਾਂਡਾ ਪਿਆ ਹੁੰਦਾ ਤੁਹਾਨੂੰ ਪਤਾ ਹੀ ਖਿਡਾਰੀ ਦਾ ਸਾਰਾ ਹੌਸਫਾਈ ਕਰਨੀ ਝਾੜੂ ਪੋਚਾ ਆਪਣੇ ਆਪ ਅਸੀਂ ਅੰਕਲ ਨੂੰ ਗਣਾ ਅੰਕਲ ਨੇ ਰੋੜੇ ਕਹਣਾ ਕੁਝ ਨਹੀਂ ਯਾਰ ਤੁਸੀਂ ਖੇਡਣ ਆਇਓ ਥੋੜਾ ਕੰਮ ਆ ਖੇਡਣਾ ਤੁਸੀਂ ਖੇਡੋ ਬਾਸ ਜੋ ਸਾਨੂੰ ਖਾਹਕ ਪਣ ਇਹ ਨਹੀਂ ਹੈਗਾ ਵੀ ਹੋਰ ਕਲੱਬਾਂ ਹੁੰਦੀਆਂ ਨੇ ਜਿਵੇਂ 2 ਦਿਨ ਡਾਈਟ ਦੇਦੀ ਚਾਹਣ ਪੁੱਛਣ ਇਦਾਂ ਦਾ ਨਹੀਂ ਸੀ ਸ਼ਡਿਊਲ ਇਹ ਸੀਗਾ ਵੀ ਜੋ ਖਿਡਾਰੀ ਦੀ ਖਾਹਕ ਆ ਉਹ ਪ੍ਰੋਪਰ ਸਾਨੂੰ ਮਿਲਦੀ ਸੀ ਪ੍ਰੋਪਰ ਖਾਹਕ ਮਿਲਣੀ ਜੋ ਸਾਨੂੰ ਜ਼ਰੂਰਤਮੰਦ ਚੀਜ਼ਾਂ ਨੇ ਉਹ ਕਦੇ ਸਾਨੂੰ ਘਾਟ ਨਹੀਂ ਹੋਈ ਸੀ ਪਰ ਅੱਜ ਬਹੁਤ ਦੁੱਖ ਦੀ ਘੜੀ ਆ ਜੀ ਬਸ ਪੁੱਛੋ ਨਾ ਜੀ ਕੋ ਧੰਨਵਾਦ ਜੀ ਥੈਂਕ ਯੂ ਸੋ ਮਚ ਭਲਵਾਨ ਜੀ ਸਾਡੇ ਨਾਲ ਆ ਕੇ